ਹਾਂ ਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਪੰਜਾਬੀ ਚੈਨਲ ਤੇ ਜੈਸੀ ਕਰ ਰਹੇ ਹਾਂ ਪੀ ਐਸਟੇਟ ਦੀ ਤਿਆਰੀ ਪੀ ਐਸਟੇਟ ਵਿੱਚ ਜੋ ਪੈਰਾ ਆਂਦਾ ਹੈ ਪੰਜਾਬੀ ਦਾ ਉਸ ਨੂੰ ਤੁਸੀਂ ਕਿਵੇਂ ਕਰਨਾ ਹੈ ਠੀਕ ਹੈ ਕਿ ਤੁਹਾਡਾ ਕੋਈ ਵੀ ਪ੍ਰੈਸ਼ਨ ਜਿਹੜਾ ਹੈ ਉਹ ਗਲਤ ਨਾ ਹੋਵੇ ਠੀਕ ਹੈ ਸਭ ਤੋਂ ਪਹਿਲੇ ਤੁਸੀਂ ਕੀ ਕਰਨਾ ਹੈ ਕਿ ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਉਹਨਾਂ ਦੀ ਆਪਸ਼ਨ ਜਿਹੜੇ ਹਨ ਉਹ ਚੰਗੀ ਤਰ੍ਹਾਂ ਤੁਸੀਂ ਪੜ੍ਹ ਲੈਣੇ ਹਨ ਠੀਕ ਹੈ ਠੀਕ ਹੈ ਅਸੀਮੀ ਜੋ ਪੀਐਸਟੈਟ ਪਾਸ ਕੀਤੇ ਹੋਏ ਹਨ ਉਹ ਵੀ ਕੋਚਿੰਗ ਲੈ ਕੇ ਵਧੀਆਂ ਤੇ ਫਿਰ ਵੀ ਅਸੀਂ ਪਾਸ ਕੀਤੇ ਹੋਏ ਆ ਠੀਕ ਹੈ ਤੇ ਉਹੀ ਟ੍ਰਿਕ ਜਿਹੜੀਆਂ ਮੈਂ ਤੁਹਾਨੂੰ ਦੱਸ ਰਹੀ ਆ ਕਿ ਤੁਸੀਂ ਪਹਿਲੇ ਕੁਐਸਚਨ ਪੜ ਲੈਣੇ ਹੈ ਚੰਗੀ ਤਰ੍ਹਾਂ ਫਿਰ ਤੁਸੀਂ অপশন ਆ ਬਾੜ ਲੈਣੀਆਂ ਹੈ ਤੇ ਫਿਰ ਤੁਸੀਂ ਪੈਰੇ ਨੂੰ ਦੋ ਤਿੰਨ ਵਾਰੀ ਜਿਹੜਾ ਹੈ ਰੀਡ ਕਰਨਾ ਹੈ ਬੜੇ ਹੀ ਧਿਆਨ ਨਾਲ ਠੀਕ ਹੈ ਸਭ ਤੋਂ ਪਹਿਲੇ ਇਸੇ ਪ੍ਰਸ਼ਨ ਪੜ੍ਹਾਂਗੇ ਇਨ੍ਹਾਂ ਕਾਪ 17 ਵਿੱਚੋਂ ਕਵੀ ਦੀ ਕਿਹੜੀ ਤਾਂਗ ਦਾ ਪਤਾ ਲੱਗਦਾ ਹੈ ਠੀਕ ਹੈ ਦਰਕਤਾ ਨਾਲ ਦੋਸਤੀਆਂ ਅੰਬਾਂ ਉੱਤੇ ਪਹਿਲਾ ਵਾਂਗ ਪਿੰਗਾ ਕੁੜੀਆਂ ਮੁੰਡਿਆਂ ਮੁੰਡਿਆਂ ਦਾ ਅਚਕ ਰਲ ਕੇ ਖੇਡਣਾ ਠੀਕ ਹੈ ਇਹ ਸਾਰੇ ਹੀ ਕੰਦਾ ਕੀ ਸਾਰੇ ਹੁਣ ਅਸੀਂ ਪੋਇਮ ਪੜ੍ਹਦੇ ਆ ਆ ਪੰਜਾਬ ਪਿਆਰ ਤੂੰ ਮੁੜ ਆ ਠੀਕ ਹੈ ਪੰਜਾਬ ਨੂੰ ਆਜ ਮਾਰਿਆ ਉਹ ਪਹਿਲੇ ਪੰਜਾਬ ਨੂੰ ਠੀਕ ਹੈ ਹੁਣ ਬਿਲਕੁਲ ਸਭ ਕੁਝ ਬਦਲ ਗਿਆ ਨਾ ਆ ਸਿੱਖ ਪੰਜਾਬ ਤੂੰ ਕਰ ਆ ਤੇਰੇ ਤੂਤ ਦਿਸਨ ਮੁੜ ਛਾਵੇਂ ਤੂਤਾਂ ਨੂੰ ਆਜ ਮਾਰਿਆ ਦਰਕਤਾਂ ਨੂੰ ਆਜ ਮਾਰਿਆ ਮੁੜ ਆਵਨ ਬੂਟਿਆਂ ਨਾਲ ਤੇਰੀਆਂ ਦੋਸਤੀਆਂ ਤੇਰੇ ਪਿੱਪਲਾ ਮੁੜ ਮੀਲੇ ਪਹਿਲੇ ਲੋਕ ਇਕੱਠੇ ਹੋ ਹੋ ਕੇ ਬੈਂਦੇ ਸੀ ਜਦੋਂ ਲਾਈਟ ਚੱਲ ਜਾਂਦੀ ਸੀ ਤੇ ਸਾਰੇ ਹੀ ਬਾਹਰ ਖੁੱਲੀ ਜਗ੍ਹਾ ਤੇ ਪਿਪਲਾ ਥੱਲੇ ਬੋਹੜਾਂ ਥੱਲੇ ਦਰਖਤਾਂ ਥੱਲੇ ਆ ਕੇ ਬੈਠ ਜਾਂਦੇ ਸੀ ਠੀਕ ਹੈ ਦਰਖਤਾਂ ਨਾਲ ਦੋਸਤੀ ਵੀ ਆ ਗਿਆ অপਸ਼ਨ ਵਿੱਚ ਠੀਕ ਹੈ ਤਾਂ ਅੱਗੇ ਹੈ ਤੇਰੇ ਅੰਬਾਂ ਤੇ ਪਿੰਗਾ ਉੱਲੜਦੀਆਂ ਪਿੰਗਾ ਨੂੰ ਯਾਦ ਕਰਿਆ ਦੇਖੋ ਅੰਬਾਂ ਤੇ ਪਿੰਗਾ ਨੂੰ ਵੀ ਯਾਦ ਕਰਿਆ ਇਹ ਵੀ অপਸ਼ਨ ਠੀਕ ਹੈ ਕੁੜੀਆਂ ਨੱਚੇ ਮੁੜ ਖੇਡਣ ਅਚਕ ਹੋ ਕੇ ਠੀਕ ਹੈ ਮੁੰਡੇ ਕੁੜੀਆਂ ਜਿਹੜੀਆਂ ਅਚਕ ਰਲ ਕੇ ਖੇਡਣ ਨੂੰ ਵੀ ਉਹ ਕਰਿਆ ਮਿਸੇ ਦੇਖੋ ਥਰਡ অপਸ਼ਨ ਵੀ ਠੀਕ ਹੈ ਰਲ ਮਿਲ ਓਨਾ ਚੰਨੇ ਦੀਆਂ ਚਾਨਣੀਆਂ ਠੀਕ ਹੈ ਇਹ অপਸ਼ਨ ਆ ਸਾਡੀਆਂ ਤਿੰਨੋਂ ਹੀ ਠੀਕ ਹੋ ਗਈ ਇਹਦਾ ਆਨਸਰ ਕੀ ਆਏਗਾ ਇਹ ਸਾਰੇ ਹੀ ਠੀਕ ਹੈ ਪਹਿਲਾ ਕੁਐਸਚਨ ਸਾਡਾ ਉੱਪਰ ਉੱਪਰ ਚਾਰ ਲਾਈਨਾਂ ਵਿੱਚ ਹੀ ਜਿਹੜਾ ਹੈ ਕੰਪਲੀਟ ਹੋ ਗਿਆ ਅੱਗੇ ਸੈਕਿੰਡ ਕੁਐਸਚਨ ਅਸੀਂ ਪੜ ਲਾਂਗੇ ਕਵਿਤਾ ਦੇ ਪਹਿਲੇ ਭਾਗ ਦੀ ਮੁੱਖ ਸੁਰ ਕਿਹੜੀ ਹੈ ਪੰਜਾਬ ਦਾ ਪੁਰਾਣਾ ਸੱਭਿਆਚਾਰ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦਾ ਚਾਹ ਮਲਾਰ ਆਪਸੀ ਏਕਾ ਠੀਕ ਹੈ ਤਾਂ ਅਸੀਂ ਪੜਿਆ ਹੈ ਕੀ ਪੜਿਆ ਕਿ ਪੰਜਾਬ ਦਾ ਜਿਹੜਾ ਪੁਰਾਣਾ ਸੀ ਸੱਭਿਆਚਾਰ ਉਸ ਨੂੰ ਅਸੀਂ ਦੇਖਿਆ ਠੀਕ ਹੈ ਪਹਿਲਾ ਚਾਰ ਪੰਜ ਲਾਈਨਾਂ ਵਿੱਚ ਅਸੀਂ ਇਹੀ ਦੇਖਿਆ ਕਿ ਪੁਰਾਣੇ ਪੰਜਾਬ ਵਿੱਚ ਕੀ ਕਰਦੇ ਸੀ ਲੋਕ ਇਕੱਠੇ ਖੇਡਦੇ ਸੀ ਕੁੜੀਆਂ ਮੁੰਡੇ ਹਨਾ ਤਸ ਪੰਜਾਬੀ ਸੱਭਿਆਚਾਰ ਨੂੰ ਜਿਹੜਾ ਪੇਸ਼ ਕੀਤਾ ਗਿਆ ਕਿ ਸਾਰੇ ਜਿਹੜੇ ਗਰਲ ਮਿਲ ਹੋ ਕੇ ਦਰਖਤਾਂ ਥੱਲੇ ਬੈਠਦੇ ਸੀ ਹੁਣ ਤਾਂ ਦਰਖਤ ਕਿਤੇ ਕਿਤੇ ਲੱਭਦਾ ਕਿਤੇ ਲੱਭਦਾ ਹੀ ਨਹੀਂ ਹੈਗਾ ਪਿੰਡਾਂ ਵਿੱਚ ਵੀ ਤੇ ਪੰਜਾਬ ਪੁਰਾਣੇ ਸੱਭਿਆਚਾਰ ਨੂੰ ਉਸਨੇ ਯਾਦ ਕੀਤਾ ਠੀਕ ਹੈ ਤੇ ਇਸ ਦਾ ਪਹਿਲਾ ਜਿਹੜਾ ਫਸਟੀ ਆਂਸਰ ਜਿਹੜਾ ਸੀਗਾ ਪੁਰਾਣਾ ਪੰਜਾਬ ਦਾ ਪੁਰਾਣਾ ਸੱਭਿਆਚਾਰ ਨੂੰ ਠੀਕ ਹੈ ਤਾਂ ਅੱਗੇ 3rd ਅਸੀਂ ਪੜ੍ਹਾਂਗੇ ਤੇ ਫਿਰ ਅੱਗੇ ਹੀ ਕੁਐਸਚਨ ਪੋエム ਜਿਹੜੀ ਆ ਰੀਡ ਕਰਾਂਗੇ ਉਰਾਤਾ ਮੁੜ ਆਵਨ ਨਿਰਵਾਣ ਨਿਦਰ ਵੇਖ ਪਵਿੱਤਰ ਅਬੋਜ ਬੇ ਇਲਮ ਕਾਵ ਸਤਰ ਵਿੱਚ ਕਿਹੜੇ ਅਲੰਗ ਕਾ ਦੀ ਵਰਤੋਂ ਕੀਤੀ ਗਈ ਹੈ ਤਾਂ ਇਸ ਵਿੱਚ ਅਲੰਗ ਕਾ ਦੀ ਤੁਸੀਂ ਦੇਖਣਾ ਹੈ ਕਿਹੜੇ ਅਲੰਗ ਕਾ ਦੀ ਉਹ ਰਾਤਾ ਮੁੜ ਆਵਣ ਨਿਰਵੈਨ ਨਿਦਰ ਵੇਖ ਪਵਿੱਤਰ ਅਬੋਜ ਬੇਇਲਮ ਨਿਸਪਾਪ ਸੋਹਨੀਆ ਸਵਾਦ ਲੀਆਂ ਉਹ ਗਿੱਦੇ ਉਹ ਟੂੜਾ ਦਾ ਉਠਾਣਾ ਰਲ ਮਿਲ ਰੂਪਕ ਅਲੰਕਾਰ ਉਪਮਾ ਅਲੰਕਾਰ ਉਪਮਾ ਤੇ ਨਹੀਂ ਹੋ ਰਹੀ ਕਿਸੇ ਦੀ ਹੈਨਾ ਤੇ ਰੂਪਕ ਵੀ ਨਹੀਂ ਹੋ ਰਹਾ ਅਨੁਪਰਾਸ ਪ੍ਰੋਕਤੀ ਅਲੰਕਾਰ ਤਾਂ ਇਸ ਦਾ ਅਨੁਪਰਾਸ ਅਲੰਕਾਰ ਹੋਇਆ ਹੈ ਠੀਕ ਹੈ ਅਲੰਕਾਰ ਦੀ ਤੁਹਾਨੂੰ ਵੀਡੀਓ ਮੈਂ ਸੈਂਡ ਕਰ ਦਾਂਗੀ ਉਸ ਤੋਂ ਤੁਸੀਂ ਸਾਰੇ ਯਾਦ ਕਰ ਲੈਣਾ ਹੈ ਠੀਕ ਹੈ ਰਸ ਅਲੰਕਾਰ ਤੇਰੀ ਪਿੱਪਲਾਂ ਹੀਠ ਹੋਵਨ ਡੈਸ਼ ਚੰਨਾ ਦੀਆਂ ਚਾਨਣੀਆਂ ਇਹਨਾਂ ਕਾਵ ਸਤਰਾਂ ਵਿੱਚੋਂ ਕਵੀ ਦਾ ਕਿਹੜਾ ਕਮਾਲ ਉਭਰਦਾ ਹੈ ਕੁਦਰਤ ਵਰਣਨ ਦ੍ਰਿਸ਼ ਚਿੱਤਰਣ ਇਸਤਰੀ ਪਿਆਰ ਮਾਨਵ ਪਿਆਰ ਚੰਨਾ ਚਾਨਣੀਆਂ ਵਾਲੀ ਲਾਈਨ ਦੇਖੋ ਹਾਂ ਉਹ ਗੱਦੇ ਉਹ ਧੂੜਾਂ ਦਾ ਉਠਾਉਣਾ ਰਲ ਮਿਲ ਉੱਪਰ ਚੰਨ ਹੀਟ ਚੰਨੀਆਂ ਚੰਨੀਆਂ ਬੰਨੇ ਤੇ ਬੰਨੀਆਂ ਨੱਚ ਨੱਚ ਧਮ ਧਮ ਥਮ ਥਮ ਆਖਰ ਆਵਨ ਮੁੜ ਉਹ ਹਾਂ ਤੇ ਇਸ ਵਿੱਚ ਕੁਦਰਤ ਵਰਣਨ ਵੀ ਨਹੀਂ ਹੋ ਰਿਹਾ ਇਸਤਰੀ ਦਾ ਪਿਆਰ ਵੀ ਨਹੀਂ ਹੋ ਰਿਹਾ ਹੈਨਾ ਮਾਨਵ ਪਿਆਰ ਵੀ ਨਹੀਂ ਦ੍ਰਿਸ਼ ਚਿੱਤਰ ਹੋ ਰਿਹਾ ਹੈ ਹੈਨਾ ਜਿਸ ਤਰ੍ਹਾਂ ਹੀ ਦੇਖੋ ਜਿਸ ਤਰ੍ਹਾਂ ਇਹ ਬੋਲੇਗਾ ਉਸ ਤਰ੍ਹਾਂ ਹੀ ਇੱਕ ਦ੍ਰਿਸ਼ ਜਿਹੜਾ ਆ ਅੱਖਾਂ ਦੇ ਅੱਗੇ ਜਿਹੜਾ ਉੱਭਰ ਆਂਦਾ ਸਾਡੇ ਠੀਕ ਹੈ ਕਿ ਚੰਨ ਚੰਨਨੀਆਂ ਚੰਨੀਆਂ ਬੰਨੇ ਤੇ ਬੰਨੀਆਂ ਠੀਕ ਹੈ ਨੱਚ ਨੱਚ ਧਮ ਧਮ ਥਮ ਥਮ ਆਖਰ ਆਵਨ ਮੁੜ ਉਹ ਠੀਕ ਹੈ ਜਿਵੇਂ ਦਰਖਤਾਂ ਥੱਲੇ ਮੇਲੇ ਲੱਗਦੇ ਆ ਤੇ ਉਹ ਸਾਰਾ ਚਿੱਤਰਣ ਜਿਹੜਾ ਬੰਨੇ ਤੇ ਜਿੱਥੇ ਖੜੇ ਲੋਕ ਹਨਾ ਸਾਈਡਾਂ ਤੇ ਖੜੇ ਹੋ ਜਾਣ ਲੋਕ ਤੇ ਬੰਨੇ ਬੰਨੀਆਂ ਜੋੜੇ ਬਣਾਵਨਾ ਖੜੇ ਹੋ ਜਾਂਦੇ ਨੱਚ-ਨੱਚ ਧਮ-ਧਮ ਦਰਖਤਾਂ ਦੇ ਥੱਲੇ ਨੱਚ ਰਿਹਾ ਛੰਮ ਰਿਹਾ ਧੂੜਾ ਉਡਾ ਰਿਹਾ ਹੈ ਨਾ ਤਾਂ ਉਹ ਸਾਰਾ ਦ੍ਰਿਸ਼ ਜਿਹੜਾ ਆ ਉਸ ਦਾ ਵਰਣਨ ਕਰ ਰਿਹਾ ਹੈ ਖਿੱੱਚਾਂ ਖਿੱਲਰੀਆਂ ਪੁਰਾਨੀਆਂ ਤਿਰਿੰਜਨਾ ਵਿੱਚ ਮੁਜਗਾਨ ਕੁੜੀਆਂ ਆਪੋ ਜਹੀਆਂ ਸਭ ਇੱਕ ਥਾਂ ਇਕੱਠੀਆਂ ਇੱਕ ਚਾਹ ਵਾਲੀਆਂ ਦਿਲਾਂ ਤੇ ਭੇਤ ਸਾਂਝੇ ਵਾਲੀਆਂ ਠੀਕ ਹੈ ਇਹ ਹੁਣ ਔਰਤਾਂ ਜੋ ਆਪਸ ਵਿੱਚ ਗੱਲਾਂ ਕਰਦੀਆਂ ਜਾਂ ਤਿਰਿੰਜਣਾ ਕਰਦੀਆਂ ਹਨਾ ਕਿਹੜੇ-ਕਿਹੜੇ ਕੰਮ ਕਰਦੀਆਂ ਅੱਗੇ ਦੇਖੋ ਕੀ ਪੁੱਛਿਆ ਉਹਨਾਂ ਨੇ ਇਸ ਕਵਿਤਾ ਵਿੱਚ ਕਿਹੜੇ ਲੋਕ ਨਾਚ ਦਾ ਜ਼ਿਕਰ ਹੈ ਹਾਂ ਤੇ ਦੇਖੋ ਇਸ ਵਿੱਚ ਕਿਸ ਦਾ ਹੈ ਜ਼ਿਕਰ ਪੰਗੜਾ ਗਿੱਧਾ ਲੁੱਡੀ ਝੂਮਰ ਤੇ ਤਿਰੰਜਨ ਵਿੱਚ ਕੀ ਕਰਦੀਆਂ ਕੁੜੀਆਂ ਗਿੱਧਾ ਪਾਣ ਗਿਆ ਨਾ ਕੁੜੀਆਂ ਤਿਰੰਜਨ ਵਿੱਚ ਠੀਕ ਹੈ ਤਾਂ ਇਸ ਵਿੱਚ ਗਿੱਧਾ ਹੀ ਆਨਸਰ ਆਏਗਾ ਤਿਰੰਜਨ ਦਾ ਆ ਗਿਆ ਗਿੱਧੇ ਦਾ ਕਿਤੇ ਨਾਮ ਨਹੀਂ ਉਹਨਾਂ ਨੇ ਲਿਖਿਆ ਭੀ ਗਿੱਧਾ ਤੁਸੀਂ ਆਪ ਹੀ ਸਮਝਣਾ ਇਹਨਾਂ ਚੀਜ਼ਾਂ ਨੂੰ ਤੁਸੀਂ ਆਪ ਸਮਝਣਾ ਕਿ ਇਸ ਵਿੱਚ ਕੀ ਚੀਜ਼ ਹੈ ਤਿਰੰਜਨ ਆ ਗਿਆ ਤਾਂ ਤਿਰੰਜਨ ਵਿੱਚ ਤੁਹਾਨੂੰ ਪਤਾ ਹੈ ਕਿ ਕੁੜੀਆਂ ਗਿੱਧਾ ਹੀ ਮੰਦੀਆਂ ਹੈ ਹਨਾ ਪਿੰਗਾ ਝੂਟਦੀਆਂ ਗਿੱਦਾਂ ਪਿੰਗਾ ਦੀ ਤੇ ਹੈ ਨਹੀਂ ਕਿਤੇ ਠੀਕ ਹੈ ਪਿੰਗਾ ਝੂਟਦੀਆਂ ਲੁੱਡੀਆਂ ਥੋੜੀ ਪਾਂਦੀਆਂ ਚੂਮਰ ਵੀ ਨਹੀਂ ਕਰਨ ਗਿਆ ਪੰਗੜਾ ਵੀ ਨਹੀਂ ਪਾਣ ਗਿਆ ਮਰਦਾਂ ਦਾ ਤੇ ਗਿੱਦਾਂ ਹੀ ਪਾਣ ਗਿਆ ਹਨਾ ਲੁੱਡੀ ਪੰਗੜਾ ਚੂਮਰ ਮਰਦਾਂ ਦਾ ਨਾ ਤੇ ਉਹਨਾਂ ਨੇ ਪੁੱਛਿਆ ਕਿ ਕਿਹੜੇ ਲੋਕ ਨਾਚ ਦਾ ਜ਼ਿਕਰ ਹੋ ਰਿਹਾ ਤੇ ਦਲਾ ਕਿਸਤਾ ਹੋਇਆ ਜ਼ਿਕਰ ਤ੍ਰਿੰਜਨਾ ਦਾ ਹੋਇਆ ਤੇ ਤ੍ਰਿੰਜਨਾ ਵਿੱਚ ਉਹ ਗਿੱਦਾਂ ਹੀ ਪਾਣ ਗਿਆ ਤੇ ਇਸ ਦਾ ਆਨਸਰ ਹੋਇਆ ਗਿੱਦਾਂ ਇਨਾ ਕਾਵ ਸਤਰਾਂ ਵਿੱਚ ਕਿੱਕਲੀ ਦਾ ਜ਼ਿਕਰ ਹੈ ਪੰਜਾਬੀ ਲੋਕ ਧਾਰਾ ਵਿੱਚ ਕਿੱਕਲੀ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਤਾਂ ਕਿੱਕਲੀ ਨੂੰ ਰੱਖਿਆ ਗਿਆ ਹੈ ਲੋਕ ਖੇਡ ਵਿੱਚ ਠੀਕ ਹੈ ਕੁੜੀਆਂ ਦੀ ਖੇਡ ਵਿੱਚ ਤਾਂ ਖੇਡ ਆਏਗਾ ਇਸ ਦਾ ਲੋਕ ਨਾਚ ਵਿੱਚ ਨਹੀਂ ਰੱਖਿਆ ਠੀਕ ਹੈ ਕਿੱਕਲੀ ਲੋਕ ਨਾਚ ਨਹੀਂ ਲੋਕ ਖੇਡ ਹੈ ਠੀਕ ਹੈ ਉੱਪਰ ਚੰਨ ਹੇਠ ਚੰਨੀਆਂ ਬੰਨੇ ਤੇ ਬੰਨੀਆਂ ਇਨਾ ਕਾਲ 17 ਵਿੱਚ ਬੰਨੀਆਂ ਤੋਂ ਕੀ ਭਾਵ ਹੈ ਤਾਂ ਇਸ ਦਾ 17 ਵਿੱਚ ਬੰਨੀਆਂ ਤੋਂ ਭਾਵ ਹੈ ਵੋਟੀਆਂ ਠੀਕ ਹੈ ਬੰਨੇ ਬੰਨੀਆਂ ਵੋਟੀਆਂ ਆਏਗਾ ਬੰਨੇ ਬੰਨੀਆਂ ਨਵੀਆਂ ਜੋੜੀਆਂ ਜਿਹੜੀਆਂ ਦੀਆਂ ਵੋਟੀਆਂ ਤਿੰਜਨ ਤੋਂ ਕੀ ਭਾਵ ਹੈ ਤਿੰਜਨ ਦਾ ਤੁਹਾਨੂੰ ਪਤਾ ਹੀ ਜਿੱਥੇ ਕੁੜੀਆਂ ਇਕੱਠੀਆਂ ਹੋ ਕੇ ਆਪਣੇ ਪਿੰਗਾ ਝੂਟਦੀਆਂ ਹਨ ਹੈਨਾ ਕੱਤਦੀਆਂ ਹਨ ਗਿੱਧੇ ਪਾਉਂਦੀਆਂ ਜਿੱਥੇ ਕੁੜੀਆਂ ਇਕੱਠੀਆਂ ਹੋ ਕੇ ਕੱਤਦੀਆਂ ਅਤੇ ਲੋਕ ਗੀਤ ਗਾਉਂਦੀਆਂ ਗਿੱਧੇ ਪਾਉਂਦੀਆਂ ਪੰਗੜੇ ਪਿੰਗਾ ਝੂਟਦੀਆਂ ਕਿਕਲੀਆਂ ਬੰਦੀਆਂ ਹੈਨਾ ਸਜ ਸਵਰ ਕੇ ਤੇ ਉਹਨੂੰ ਕਹਿੰਦੇ ਆ ਤ੍ਰਿੰਜਨ ਠੀਕ ਹੈ ਸੌਂ ਦੇ ਮਹੀਨੇ ਜਾਂਦਾ ਤ੍ਰਿੰਜਨ ਤਾਂ ਇਸ ਨੂੰ ਇਸ ਤਰ੍ਹਾਂ ਤੁਸੀਂ ਪਹਿਰੇ ਨੂੰ ਬੜੇ ਧਿਆਨ ਨਾਲ ਦਿਮਾਗ ਨਾਲ ਇਸ ਨੂੰ ਵਰਤ ਕੇ ਤੇ ਫਿਰ ਇਸ ਨੂੰ ਪਹਿਰੇ ਨੂੰ ਤੁਸੀਂ ਕਰਨਾ ਹੈ ਠੀਕ ਹੈ